ਇਸੇ ਲਈ ਅਸੀਂ
ਸਾਡੇ ਵੱਲੋਂ ਹੈ ਬਾਈ ਵੰਸ ਮੋਰ। ਮੈਂ ਇੱਕ ਚੀਜ਼ ਸ਼ੇਅਰ ਕਰਨੀ ਚਾਹੁੰਦਾ ਵੀ ਜਦੋਂ ਇਹ ਪਰਫੋਰਮ ਕਰ ਰਿਹਾ ਸੀ ਤਾਂ ਮੈਂ ਕਮਲ ਵੀਰੇ ਨੂੰ ਸੱਚੀ ਗੱਲ ਕਿਹਾ ਵੀ ਆਪਣਾ ਆਪ ਦਿਖਦਾ ਸੱਚੀ, ਕਿਉਂਕਿ ਉਹੀ ਪੁਰਾਣੇ ਟਾਈਮ 'ਚ ਜੇ ਨਿਕਲ ਕੇ ਜਾਂਦੇ ਭਾਅ ਜੀ, ਅੱਜ ਤਾਂ ਚਲੋ ਮਹਾਰਾਜ ਨੇ ਸੁਣੀ ਆ, ਸਾਰੇ ਪਿਆਰ ਕਰਦੇ ਨੇ, ਪਰ ਜਦੋਂ ਕੋਈ ਨਹੀਂ ਨਾ ਸੁਣਦਾ ਉਦੋਂ ਦਿਲ ਵਾਕਿਆ ਹੀ ਰੋਂਦਾ। ਸਹੀ ਹੈ, ਅਤੇ ਟੈਲੈਂਟਡ ਤੁਸੀਂ ਹੈਗੇ ਹੋ, ਥੈਂਕ ਯੂ, ਲਵ ਯੂ ਬ੍ਰਦਰ, ਹਮੇਸ਼ਾ ਹਮੇਸ਼ਾ ਹਮੇਸ਼ਾ। ਅੱਜ ਮੈਂ ਸਾਹ ਲੱਗੇ ਵੀ ਦੋ ਵਾਰੀ ਸੱਚੀ ਇਮੋਸ਼ਨਲ ਹੋਇਆ ਭਾਅ ਜੀ, ਜਦੋਂ ਆਨੰਦ ਵਾਲਾ ਗਾਣਾ ਜਦੋਂ ਚੱਲਿਆ ਮੈਨੂੰ ਸੱਚੀ, ਮੈਨੂੰ ਆਪਣਾ ਸਟਰਗਲ ਟਾਈਮ ਬਹੁਤ ਯਾਦ ਆਉਂਦਾ ਕਿਉਂਕਿ ਮੈਂ ਕਦੀ ਉਹ ਚੀਜ਼ ਭੁੱਲ ਨਹੀਂ ਸਕਦਾ, ਮੇਰੀ ਜ਼ਿੰਦਗੀ ਦੇ ਬਹੁਤ ਜ਼ਿਆਦਾ ਕਰੀਬ ਆ। ਇਹਨਾਂ ਲਾਈਟਾਂ ਦੇ ਵਿੱਚ, ਇਹਨਾਂ ਚਮਕਾਰਿਆਂ ਦੇ ਵਿੱਚ ਇਹ ਚੀਜ਼ ਆਪਾਂ ਕਈ ਵਾਰ ਭੁੱਲ ਜਾਂਦੇ ਹੁੰਦੇ ਹਾਂ, ਪਰ ਜੋ ਆਪਣਾ ਪਿਛੋਕੜ, ਆਪਣੀਆਂ ਜੜ੍ਹਾਂ ਨੇ ਬਹੁਤ ਜ਼ਰੂਰੀ ਨੇ ਯਾਦ ਕਰਨੀਆਂ। ਔਰ ਮੈਂ ਜਦੋਂ PTC ਪੰਜਾਬੀ 'ਤੇ ਆਉਣਾ ਅਤੇ ਉਹ ਚੀਜ਼ ਮੈਨੂੰ ਹਲੂਣਾ ਦਿੰਦੀ ਆ ਹਰ ਵਾਰੀ, ਅਤੇ ਹਰ ਵਾਰੀ ਮੈਨੂੰ ਮੇਰੇ ਔਕਾਤ 'ਚ ਰਹਿਣ ਦਾ ਇੱਕ ਮੌਕਾ ਦਿੰਦੀ ਆ ਵੀ ਹਜੇ ਵੀ ਤੇਰੇ ਕੋਲ ਮੌਕਾ ਹੈਗਾ। ਜ਼ੋਰਦਾਰ ਤਾੜੀਆਂ PTC ਪੰਜਾਬੀ ਦੇ ਲਈ ਇੱਕ ਵਾਰੀ। ਆਰਟਿਸਟ ਦਾ ਇਮੋਸ਼ਨਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਦੋਂ ਆਰਟਿਸਟ ਕੋਲ ਇਮੋਸ਼ਨਸ ਔਰ ਫੀਲਿੰਗਸ ਦੀ ਕਮੀ ਹੋ ਜਾਵੇ ਫਿਰ ਉਹਦੇ ਗਾਣੇ ਦਾ ਵੀ ਕੋਈ ਅਸਰ ਨਹੀਂ ਹੁੰਦਾ, ਅਤੇ ਇਹ ਚੀਜ਼ ਅੱਜ ਮੇਰੇ ਵੀਰ ਨੇ ਦੱਸਤੀ। ਜਿਉਂਦਾ ਰਹਿ, ਜਿਉਂਦਾ ਰਹਿ।